ਇੱਕ ਵਾਰ ਫੇਰ 2 ਸਾਲ ਪਹਿਲਾਂ ਬਣਿਆ ਪੁਲ ਟੁੱਟ ਗਿਆ, ਜਿਸ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲਿਆ। ਇਸ ਪੁਲ ਦੇ ਟੁੱਟਣ ਕਾਰਨ ਕਈ ਪਿੰਡਾਂ ਦਾ ਸੰਪਰਕ ਵੀ ਟੁੱਟ ਗਿਆ। ਇਹ ਤਸਵੀਰਾਂ ਬਿਹਾਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਪੁਲ ਡਿੱਗਣਾ ਹੁਣ ਆਮ ਜਿਹੀ ਗੱਲ ਹੋ ਗਈ ਹੈ। ਪੁਲ ਟੁੱਟਣ ਦੀਆਂ ਖਬਰਾਂ ਰੋਜ਼ ਆਉਂਦੀਆਂ ਨੇ ਤੇ ਹੁਣ ਭਾਗਲਪੁਰ ਦੇ ਵਿੱਚ ਇੱਕ ਹੋਰ ਫਲਾਈਓਵਰ ਡਿੱਗ ਗਿਆ। ਇਸ ਫਲਾਈਓਵਰ ਦੇ ਟੁੱਟਣ ਦੇ ਕਾਰਨ ਪੀਰ 35 ਦੇ ਬਾਕਰਪੁਰ ਬਾਬੂਪੁਰ ਪੰਚਾਇਤ ਸਮੇਤ ਕਈ ਪਿੰਡਾਂ ਦਾ ਸੰਪਰਕ ਵੀ ਟੁੱਟ ਗਿਆ। ਲੋਕ ਨਿਰਮਾਣ ਵਿਭਾਗ ਨੇ ਇਸ ਫਲਾਈਓਵਰ ਨੂੰ ਮਹਿਜ਼ 2 ਸਾਲ ਪਹਿਲਾਂ ਹੀ ਬਣਵਾਇਆ ਸੀ। ਲੱਖਾਂ ਦੀ ਲਾਗਤ ਦੇ ਨਾਲ ਬਣੇ ਇਸ ਪੁਲ ਨੇ ਹੁਣ ਜਲ ਸਮਾਧੀ ਲੈ ਲਈ ਹੈ। ਪੁਲ ਟੁੱਟਣ ਦੀ ਇਸ ਖਬਰ ਦੇ ਨਾਲ ਪਿੰਡ ਵਾਸੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਵੀ ਵੇਖਣ ਨੂੰ ਮਿਲਿਆ। ਇਹ ਫਲਾਈਓਵਰ 5 ਪੰਚਾਇਤਾਂ ਨੂੰ ਪੀਰ 35 ਬਲਾਕ ਹੈੱਡਕੁਆਟਰ ਨਾਲ ਜੋੜਦਾ ਸੀ। ਤੁਹਾਨੂੰ ਦੱਸ ਦਈਏ ਕਿ ਸ਼ਨੀਵਾਰ 16 ਅਗਸਤ 2024 ਨੂੰ ਵੀ ਭਾਗਲਪੁਰ ਦੇ ਸੁਲਤਾਨਗੰਜ ਅਗੂਵਾਨੀ ਗੰਗਾ ਨਦੀ ਤੇ ਨਿਰਮਾਣ ਅਧੀਨ 4 ਮਾਰਗੀ ਪੁਲ 3 ਵਾਰ ਢਹਿ ਗਿਆ ਸੀ। ਭਾਗਲਪੁਰ ਵਾਲੇ ਪਾਸੇ ਤੋਂ 9 ਅਤੇ 10 ਨੰਬਰ ਦੇ ਵਿਚਕਾਰ ਵਾਲਾ ਹਿੱਸਾ ਗੰਗਾ ਨਦੀ ਦੇ ਵਿੱਚ ਡੁੱਬ ਗਿਆ ਸੀ। ਪਿੱਲਰ ਤੇ ਬਣੀ ਸਲੈਬ ਲੋਹੇ ਸਮੇਤ ਗੰਗਾ ਨਦੀ ਦੇ ਵਿੱਚ ਡਿੱਗ ਗਈ ਸੀ ਤੇ ਹੁਣ ਇੱਕ ਵਾਰ ਫੇਰ ਅਜਿਹਾ ਹੀ ਮੰਜ਼ਰ ਭਾਗਲਪੁਰ ਦੇ ਵਿੱਚ ਫੇਰ ਵੇਖਣ ਨੂੰ ਮਿਲਿਆ, ਜਦੋਂ 2 ਸਾਲ ਪਹਿਲਾਂ ਹੀ ਬਣਾਇਆ ਗਿਆ ਪੁਲ ਢਹਿ ਢੇਰੀ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਹੁਣ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ। ਇਸ ਪੁਲ ਦੇ ਟੁੱਟਣ ਕਾਰਨ ਲੋਕਾਂ ਵੱਲੋਂ ਹੁਣ ਬਿਹਾਰ ਸਰਕਾਰ ਤੇ ਵੀ ਪ੍ਰਸ਼ਨ ਚੁੱਕੇ ਜਾ ਰਹੇ ਨੇ। ਇੱਕ ਵਾਰ ਫੇਰ 2 ਸਾਲ ਪਹਿਲਾਂ ਬਣਿਆ ਪੁਲ ਟੁੱਟ ਗਿਆ, ਜਿਸ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲਿਆ। ਇਸ ਪੁਲ ਦੇ ਟੁੱਟਣ ਕਾਰਨ ਕਈ ਪਿੰਡਾਂ ਦਾ ਸੰਪਰਕ ਵੀ ਟੁੱਟ ਗਿਆ। ਇਹ ਤਸਵੀਰਾਂ ਬਿਹਾਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਪੁਲ ਡਿੱਗਣਾ ਹੁਣ ਆਮ ਜਿਹੀ ਗੱਲ ਹੋ ਗਈ ਹੈ। ਪੁਲ ਟੁੱਟਣ ਦੀਆਂ ਖਬਰਾਂ ਰੋਜ਼ ਆਉਂਦੀਆਂ ਨੇ ਤੇ ਹੁਣ ਭਾਗਲਪੁਰ ਦੇ ਵਿੱਚ ਇੱਕ ਹੋਰ ਫਲਾਈਓਵਰ ਡਿੱਗ ਗਿਆ। ਇਸ ਫਲਾਈਓਵਰ ਦੇ ਟੁੱਟਣ ਦੇ ਕਾਰਨ ਪੀਰ 35 ਦੇ ਬਾਕਰਪੁਰ ਬਾਬੂਪੁਰ ਪੰਚਾਇਤ ਸਮੇਤ ਕਈ ਪਿੰਡਾਂ ਦਾ ਸੰਪਰਕ ਵੀ ਟੁੱਟ ਗਿਆ। ਲੋਕ ਨਿਰਮਾਣ ਵਿਭਾਗ ਨੇ ਇਸ ਫਲਾਈਓਵਰ ਨੂੰ ਮਹਿਜ਼ 2 ਸਾਲ ਪਹਿਲਾਂ ਹੀ ਬਣਵਾਇਆ ਸੀ। ਲੱਖਾਂ ਦੀ ਲਾਗਤ ਦੇ ਨਾਲ ਬਣੇ ਇਸ ਪੁਲ ਨੇ ਹੁਣ ਜਲ ਸਮਾਧੀ ਲੈ ਲਈ ਹੈ। ਪੁਲ ਟੁੱਟਣ ਦੀ ਇਸ ਖਬਰ ਦੇ ਨਾਲ ਪਿੰਡ ਵਾਸੀਆਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਵੀ ਵੇਖਣ ਨੂੰ ਮਿਲਿਆ। ਇਹ ਫਲਾਈਓਵਰ 5 ਪੰਚਾਇਤਾਂ ਨੂੰ ਪੀਰ 35 ਬਲਾਕ ਹੈੱਡਕੁਆਟਰ ਨਾਲ ਜੋੜਦਾ ਸੀ। ਤੁਹਾਨੂੰ ਦੱਸ ਦਈਏ ਕਿ ਸ਼ਨੀਵਾਰ 16 ਅਗਸਤ 2024 ਨੂੰ ਵੀ ਭਾਗਲਪੁਰ ਦੇ ਸੁਲਤਾਨਗੰਜ ਅਗੂਵਾਨੀ ਗੰਗਾ ਨਦੀ ਤੇ ਨਿਰਮਾਣ ਅਧੀਨ 4 ਮਾਰਗੀ ਪੁਲ 3 ਵਾਰ ਢਹਿ ਗਿਆ ਸੀ। ਭਾਗਲਪੁਰ ਵਾਲੇ ਪਾਸੇ ਤੋਂ 9 ਅਤੇ 10 ਨੰਬਰ ਦੇ ਵਿਚਕਾਰ ਵਾਲਾ ਹਿੱਸਾ ਗੰਗਾ ਨਦੀ ਦੇ ਵਿੱਚ ਡੁੱਬ ਗਿਆ ਸੀ। ਪਿੱਲਰ ਤੇ ਬਣੀ ਸਲੈਬ ਲੋਹੇ ਸਮੇਤ ਗੰਗਾ ਨਦੀ ਦੇ ਵਿੱਚ ਡਿੱਗ ਗਈ ਸੀ ਤੇ ਹੁਣ ਇੱਕ ਵਾਰ ਫੇਰ ਅਜਿਹਾ ਹੀ ਮੰਜ਼ਰ ਭਾਗਲਪੁਰ ਦੇ ਵਿੱਚ ਫੇਰ ਵੇਖਣ ਨੂੰ ਮਿਲਿਆ, ਜਦੋਂ 2 ਸਾਲ ਪਹਿਲਾਂ ਹੀ ਬਣਾਇਆ ਗਿਆ ਪੁਲ ਢਹਿ ਢੇਰੀ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਹੁਣ ਕਾਫੀ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ। ਇਸ ਪੁਲ ਦੇ ਟੁੱਟਣ ਕਾਰਨ ਲੋਕਾਂ ਵੱਲੋਂ ਹੁਣ ਬਿਹਾਰ ਸਰਕਾਰ ਤੇ ਵੀ ਪ੍ਰਸ਼ਨ ਚੁੱਕੇ ਜਾ ਰਹੇ ਨੇ।